अज वर्तमान समय दे विच बहुत सारे कार्यकर्ता जिहड़े ने ਉਹ ਪੜ੍ਹ ਲੱਗੇ ਨੇ ਡਾਕਟਰਸ ਨੇ ਇੰਜੀਨੀਅਰਸ ਨੇ ਐਡਵੋਕੇਟਸ ਨੇ ਇਤਿਆਦੀ ਕਾਰੋਬਾਰੀ ਨੇ ਔਰ ਸੰਗਠਨ ਦੇ ਵਿੱਚ ਵੀ ਸਾਡੇ 99.9 ਵੈਲ ਐਜੂਕੇਟਡ ਜਿਹੜੇ ਕਾਰਿਆਕਰਤਾ ਨੇ ਉਹ ਸਾਡੇ ਪਦਾਧਿਕਾਰੀ ਨੇ ਯੋਗ ਸਿੱਖ ਦੀ ਰਚਨਾ ਵੀ ਕੀਤੀ ਅਕਸ਼ਰ ਲਕਸ਼ਾ ਦੀ ਰਚਨਾ ਵੀ ਕੀਤੀ ਰਾਮ ਸਵਾਦ ਦੀ ਰਚਨਾ ਵੀ ਕੀਤੀ ਸਾਧਨਹੀਣ ਹੋਣ ਦੀ ਵਜ੍ਹਾ ਕਰਕੇ ਪੈਦਲ ਵੀ ਸ਼ੋਭਾ ਯਾਤਰਾ ਕੀਤੀ ਜਾਂਦੀ ਸੀ ਗੱਡਿਆਂ ਤੋਂ ਸ਼ੋਭਾ ਯਾਤਰਾ ਵੀ ਕੀਤੀ ਜਾਂਦੀ ਕੋਈ ਵੀ ਕਿਸੇ ਤਰ੍ਹਾਂ ਦਾ ਹਥਿਆਰ ਨਹੀਂ ਲੈ ਕੇ ਆਊਗਾ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਕਰੂਗਾ ਕਿਸੇ ਤਰ੍ਹਾਂ ਦੀ ਕੋਈ ਐਸੀ ਚੱਕੀ ਨਹੀਂ ਲੈ ਕੇ ਆਊ ਜਿਹਦੇ ਨਾਲ ਸਾਡੀ ਜਿਹੜੀ ਛਵੀ ਧੁੰਮਲ ਹੁੰਦੀ ਹੋਵੇ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪਾਵਨ ਪ੍ਰਗਟ ਦਿਵਸ ਨੂੰ ਲੈ ਕੇ ਲੁਧਿਆਣਾ ਦੇ ਵਿੱਚ ਇੱਕ ਸ਼ੋਭਾ ਯਾਤਰਾ ਕੱਢੀ ਜਾਣੀ ਆ ਸੋ 9 ਤਰੀਕ ਨੂੰ ਇਹ ਪ੍ਰਗਟ ਦਿਵਸ ਜਿਹੜਾ ਵਾ ਦੇਸ਼ ਵਿਦੇਸ਼ 'ਚ ਮਨਾਇਆ ਜਾ ਰਿਹਾ ਵਾ ਸੋ ਤਿਆਰੀਆਂ ਵੀ ਮੁਕੰਮਲ ਹੋ ਚੁੱਕੀਆਂ ਨੇ 8 ਤਰੀਕ ਨੂੰ ਲੁਧਿਆਣਾ ਦੇ ਵਿੱਚ ਸ਼ੋਭਾ ਯਾਤਰਾ ਵੱਡੇ ਪੱਧਰ ਤੇ ਕੱਢੀ ਜਾ ਰਹੀ ਆ 33ਵੀਂ ਵਿਸ਼ਾਲ ਸ਼ੋਭਾ ਯਾਤਰਾ ਵਾ ਜਿਹੜੀ ਸੰਸਥਾ ਇਸ ਸ਼ੋਭਾ ਯਾਤਰਾ ਨੂੰ ਕੱਢਦੀ ਆ ਸਾਡੇ ਨਾਲ ਵਿਜੇ ਦਾਨਵ ਜੀ ਅਤੇ ਚੌਧਰੀ ਯਸ਼ਪਾਲ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਦਾਨਵ ਸਾਹਿਬ 33ਵੀਂ ਵਿਸ਼ਾਲ ਸ਼ੋਭਾ ਯਾਤਰਾ ਕੱਢਣ ਜਾ ਰਹੇ ਹੋ ਹਰ ਸਾਲ ਕੱਢਦੇ ਹੋ ਵੱਡੇ ਪੱਧਰ ਤੇ ਇੱਕ ਮੈਸੇਜ ਵੀ ਦਿੰਦੀ ਹੈ ਸ਼ੋਭਾ ਯਾਤਰਾ ਸੋ ਕਿਸ ਤਰ੍ਹਾਂ ਦੀ ਤਿਆਰੀ ਹੈਗੀ ਹੈ ਕੀ ਖਾਸ ਹੋਵੇਗਾ ਸ਼ੋਭਾ ਯਾਤਰਾ 'ਚ ਇਹ ਸ਼ੋਭਾ ਯਾਤਰਾ ਮਤਲਬ ਸਾਡੇ ਬਜ਼ੁਰਗਾਂ ਵੱਲੋਂ 1901 ਤੋਂ ਇਹ 33ਵੀਂ ਤਾਂ ਸਾਡੇ ਸੰਗਠਨ ਵੱਲੋਂ ਵਾ ਜੇ ਮੈਂ ਪੁਰਾਣੇ ਇਤਿਹਾਸ ਦੀ ਗੱਲ ਕਰਾਂ ਤਾਂ ਸਾਡੇ ਸਭ ਤੋਂ ਪੁਰਾਣੇ ਇਤਿਹਾਸਾਂ 'ਚ ਬਹੁਤ ਸਵਰਣੀਆ ਅੱਖਰ ਨਾਮ ਹੈ ਪੰਡਿਤ ਬਖਸ਼ੀ ਰਾਮ ਜੀ ਪੰਡਿਤ ਅਮੀ ਚੰਦ ਜੀ ਉਹਨਾਂ ਨੇ ਲਾਹੌਰ 'ਚ 1901 'ਚ ਪ੍ਰੈਸ ਕਾਨਫਰੰਸ ਕੀਤੀ ਤਾਂ ਦੇਸ਼ ਦੇ ਲੋਕਾਂ ਨੂੰ ਇਹ ਗੱਲ ਕਹੀ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਪਰਮਾਤਮਾ ਦੀ ਸ਼ੋਭਾ ਯਾਤਰਾ ਪਰਮਾਤਮਾ ਦਾ ਦਿਨ ਮਨਾਉਣਾ ਚਾਹੀਦਾ ਉਸ ਕੜੀ ਨੂੰ ਅੱਗੇ ਤੋਰਦੇ ਗੁਰੂ ਗਿਆਨ ਨਾਥ ਜੀ ਮਹਾਰਾਜ ਨੇ ਫਿਰ ਉਸ ਤੋਂ ਕੜੀ ਨੂੰ ਤੋਰਦੇ ਹੋਏ 24 ਮਈ 1964 ਨੂੰ ਪਰਮ ਪੂਜਨੀਆ ਪ੍ਰਭੂ ਰਿਸ਼ਨਾ ਰਤਨਾਕਰ ਜੀ ਮਹਾਰਾਜ ਨੇ ਇਸ ਸੰਗਠਨ ਦੀ ਸਥਾਪਨਾ ਕੀਤੀ ਔਰ 1980 'ਚ ਮੈਂ ਐਂਟਰ ਕੀਤਾ ਚੌਧਰੀ ਸਾਹਿਬ ਐਂਟਰ ਕੀਤੇ ਲਕਸ਼ਮਣ ਦਰਾਵੜ ਜੀ ਆਏ ਇਤਿਆਦਿ ਕਾਰਿਆਕਰਤਾ ਆਏ ਔਰ ਉਸ ਤੋਂ ਬਾਅਦ ਅਸੀਂ ਸਾਰਿਆਂ ਨੇ ਬੈਠ ਕੇ ਬਣਾਇਆ ਕਿ ਜੋ ਸਾਡੇ ਪੂਰਵਜਾਂ ਨੇ ਸਾਨੂੰ ਇੱਕ ਪਰੰਪਰਾ ਦਿੱਤੀ ਹੈ ਕਿ ਸ਼ੋਭਾ ਯਾਤਰਾ ਜਿਹੜੀ ਆ 1901 ਤੋਂ ਲਗਾਤਾਰ ਚੱਲਦੀ ਆ ਰਹੀ ਆ ਕਿਉਂ ਨਾ ਇਹਨੂੰ ਆਰੰਭ ਕੀਤਾ ਜਾਏ ਔਰ ਸਾਡੇ ਪੁਰਾਣੇ ਬਜ਼ੁਰਗ ਜਿਹੜੇ ਸੀ ਸਤਿਕਾਰਯੋਗ ਰਾਮ ਪ੍ਰਕਾਸ਼ ਗਿੱਲ ਸਾਹਿਬ ਸੀਗੇ ਰਖਾ ਰਾਮ ਹੰਸ ਸਾਹਿਬ ਸੀਗੇ ਔਰ ਹੰਸਰਾਏ ਗਾਗੜ ਸਾਹਿਬ ਸੀਗੇ ਹੋਰ ਵੀ ਸਾਰੇ ਮਹਾਂਪੁਰਸ਼ ਸੀ ਉਹਨਾਂ ਨੇ ਵੀ ਸ਼ੋਭਾ ਯਾਤਰਾ ਆਪਣੇ ਟਾਈਮ ਤੇ ਕੱਢੀਆਂ ਲੇਕਿਨ ਅਸੀਂ ਆਪਸ ਵਿੱਚ ਬੈਠ ਕੇ ਜਦੋਂ ਸਲਾਹ ਕੀਤਾ ਕਿ ਬਹੁਤ ਸਾਰੀਆਂ ਐਸੀਆਂ ਗੱਲਾਂ ਵਾ ਜਿਹੜੀਆਂ ਸਮਾਜ ਦੇ ਅੰਦਰ ਧਾਰਮਿਕ ਔਰ ਸਮਾਜਿਕ ਤੌਰ ਤੇ ਅੱਗੇ ਲੈਣੀਆਂ ਚਾਹੀਦੀਆਂ ਵਾ ਤੋ ਤਮਾਮ ਜੋ ਵਿਰੋਧੋਂ ਲਕਸ਼ਮਣ ਦਾੜ ਜੀ ਮਤਲਬ ਮੈਂ ਪਲੱਸ ਚੌਧਰੀ ਯਸ਼ਪਾਲ ਜੀ ਇਤਿਆਦਿ ਹੋਰ ਸਾਰੇ ਲੋਕਾਂ ਨੇ ਬੈਠ ਕੇ ਅਸੀਂ ਫੈਸਲਾ ਕੀਤਾ ਕਿ ਸ਼ੋਭਾ ਯਾਤਰਾ 1989 ਤੋਂ ਅਸੀਂ ਇਸ ਨੂੰ ਆਰੰਭ ਕੀਤਾ ਔਰ ਅੱਜ ਇਹ 33ਵੀਂ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਆ ਉਹ ਦਰੇਸੀ ਦੇ ਖੁੱਲ੍ਹੇ ਮੈਦਾਨ ਦੇ ਵਿੱਚੋਂ ਕੀਤੀ ਜਾ ਰਹੀ ਆ ਮੈਨੂੰ ਇਹ ਗੱਲ ਹਰਸ਼ ਹੋ ਰਿਹਾ ਤੁਹਾਨੂੰ ਦੱਸਣ ਲੱਗੇ ਕਿ ਜਦੋਂ ਅਸੀਂ 1989 ਤੋਂ ਇਹ ਗੱਲ ਆਰੰਭ ਕੀਤੀ ਆ ਤਾਂ ਮਾਣਯੋਗ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਛੋਣੀ ਮੱਲੇ ਪਰਮ ਪੂਜਨੀਆ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੀ ਸ਼ੋਭਾ ਯਾਤਰਾ ਪਹਿਲੀ ਆਰੰਭ ਕੀਤੀ ਸੀ ਜਦੋਂ ਤਾਂ ਪਹਿਲੀ ਸ਼ੋਭਾ ਯਾਤਰਾ ਦੇ ਵਿੱਚ ਵੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਆਏ ਸੀ ਕਹਿੰਦੇ ਪਹਿਲਾਂ ਇਹ ਗੱਡਿਆਂ ਤੇ ਯਾਤਰਾ ਕੱਢੀ ਜਾਂਦੀ ਸੀ ਪੈਦਲ ਮਾਰਚ ਹੁੰਦਾ ਸੀ ਬਹੁਤ ਵੱਡਾ ਕਾਫਲਾ ਇੱਕ ਯਾਤਰਾ ਦੇ ਵਿੱਚ ਹੁੰਦਾ ਸੀ ਸੋ ਕਿਸ ਤਰ੍ਹਾਂ ਰੂਪ ਰੇਖਾ ਚੇਂਜ ਹੁੰਦੀ ਗਈ ਕਿਸ ਕੀ ਕੀ ਵਿੱਚ ਜਿਹੜੀ ਯਾਤਰਾ ਦੇ ਵਿੱਚ ਹੁੰਦਾ ਵਾ ਖਾਸ ਦੇਖੋ ਇਹ ਜਿੱਦਾਂ ਜਿੱਦਾਂ ਸਮਾਂ ਪਰਿਵਰਤਨ ਕਰਦਾ ਵਾ ਖਾਸ ਤੌਰ ਤੇ ਉਸ ਸਮੇਂ ਥੋੜੀ ਇਲੀਟਰੇਸੀ ਜ਼ਿਆਦਾ ਸੀ ਅੱਜ ਵਰਤਮਾਨ ਸਮੇਂ ਦੇ ਵਿੱਚ ਬਹੁਤ ਸਾਰੇ ਕਾਰਿਆਕਰਤਾ ਜਿਹੜੇ ਨੇ ਉਹ ਪੜ੍ਹ ਲੱਗੇ ਨੇ ਡਾਕਟਰਸ ਨੇ ਇੰਜੀਨੀਅਰਸ ਨੇ ਐਡਵੋਕੇਟਸ ਨੇ ਇਤਿਆਦੀ ਕਾਰੋਬਾਰੀ ਨੇ ਔਰ ਸੰਗਠਨ ਦੇ ਵਿੱਚ ਵੀ ਸਾਡੇ 99.9 ਵੈਲ ਐਜੂਕੇਟਡ ਜਿਹੜੇ ਕਾਰਿਆਕਰਤਾ ਨੇ ਉਹ ਸਾਡੇ ਪਦਾਧਿਕਾਰੀ ਨੇ ਤੋ ਨੈਚੁਰਲੀ ਹੈ ਜਿਸ ਤਰ੍ਹਾਂ ਪਰਮਾਤਮਾ ਦੀ ਪਾਵਨ ਰਮਾਇਣ ਦੀ ਰਚਨਾ ਜਿਹੜੀ ਜਿਨ੍ਹਾਂ ਨੇ ਕੀਤੀ ਇਕੱਲੀ ਇੱਕ ਰਮਾਇਣ ਦੀ ਰਚਨਾ ਨਹੀਂ ਕੀਤੀ ਪਰਮਾਤਮਾ ਨੇ ਯੋਗ ਸਿੱਖ ਦੀ ਰਚਨਾ ਵੀ ਕੀਤੀ ਅਕਸ਼ਰ ਲਕਸ਼ਾ ਦੀ ਰਚਨਾ ਵੀ ਕੀਤੀ ਰਾਮ ਸਵਾਦ ਦੀ ਰਚਨਾ ਵੀ ਕੀਤੀ ਜਿਸ ਤਰ੍ਹਾਂ ਸਮਾਜ ਦੇ ਪ੍ਰਚਾਰਕ ਸੰਤ ਮਹਾਂਪੁਰਸ਼ਾਂ ਨੇ ਪੜ੍ਹਨ ਤੋਂ ਸਮਾਜ ਦੇ ਵਿੱਚ ਵਿਚਰੇ ਨੇ ਸਮਾਜ 'ਚ ਪ੍ਰਚਾਰ ਕੀਤਾ ਤਾਂ ਸਮੇਂ ਅਨੁਸਾਰ ਪਰਿਵਰਤਨ ਜਿਹੜਾ ਵਾ ਆਇਆ ਵਾ ਇਸੇ ਤਰ੍ਹਾਂ ਜਦੋਂ ਸਾਡੇ ਪਹਿਲਾਂ ਬਜ਼ੁਰਗਾਂ ਨੇ ਜਦੋਂ ਮਤਲਬ ਸਟਾਰਟ ਕੀਤਾ ਸੀ ਉਦੋਂ ਸਾਧਨਹੀਣ ਹੋਣ ਦੀ ਵਜ੍ਹਾ ਕਰਕੇ ਪੈਦਲ ਵੀ ਸ਼ੋਭਾ ਯਾਤਰਾ ਕੀਤੀ ਜਾਂਦੀ ਸੀ ਗੱਡਿਆਂ ਤੋਂ ਸ਼ੋਭਾ ਯਾਤਰਾ ਵੀ ਕੀਤੀ ਜਾਂਦੀ ਲੇਕਿਨ ਅੱਜ ਸਮਾਜ ਦੇ ਵਿੱਚ ਬੜੀ ਤਬਦੀਲੀ ਆਈ ਆ ਅੱਜ ਬਹੁਤ ਖੂਬਸੂਰਤ ਜਿਹੜੀਆਂ ਚੀਜ਼ਾਂ ਜਿਹੜੀਆਂ ਵਾ ਉਹ ਝਾਕੀ ਦੇ ਰੂਪ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਭਜਨ ਕੀਰਤਨ ਦੇ ਰੂਪ ਦੇ ਵਿੱਚ ਬੈਂਡ ਵਾਜਿਆਂ ਦੇ ਰੂਪ ਦੇ ਵਿੱਚ ਸਕੂਲੀ ਬੱਚਿਆਂ ਦੇ ਰੂਪ ਦੇ ਵਿੱਚ ਭਜਨ ਮੰਡੀਆਂ ਦੇ ਰੂਪ 'ਚ ਤੁਹਾਨੂੰ ਦੇਖਣ ਨੂੰ ਮਿਲਦੀ ਸੀ ਗੱਡੇ ਸ਼ਾਮਿਲ ਹੁੰਦੇ ਨੇ ਇਸ ਯਾਤਰਾ ਦੇ ਵਿੱਚ ਨਹੀਂ ਅੱਜ ਗੱਡੇ ਨਹੀਂ ਸ਼ਾਮਿਲ ਹੁੰਦੇ ਅੱਜ ਤਾਂ ਸਿਰਫ ਟਰੈਕਟਰ ਟੈਲੀਜ਼ ਜਿਹੜੀਆਂ ਵਾ ਉਹ ਕੀਤੀਆਂ ਜਾਂਦੀਆਂ ਬਹੁਤ ਬੜੇ ਜਿਹੜੇ ਦੂਸਰੀਆਂ ਜਿਹੜੀਆਂ ਵਹੀਕਲਸ ਨੇ ਉਹ ਜਿਹੜੀਆਂ ਵਾ ਉਹ ਹੋਣ ਲੱਗ ਗਈਆਂ ਬਿਲਕੁਲ ਚੌਧਰੀ ਯਸ਼ਪਾਲ ਜੀ ਵੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਂਦੇ ਹਾਂ ਚੌਧਰੀ ਸਾਹਿਬ ਹਰ ਸਾਲ ਇਹ ਯਾਤਰਾ ਇੱਕ ਮੈਸੇਜ ਦੇ ਕੇ ਜਾਂਦੀ ਹੈ ਇਸ ਵਾਰ ਯਾਤਰਾ ਦੇ ਵਿੱਚ ਕੀ ਮੈਸੇਜ ਹੈਗਾ ਵਾ ਕੀ ਰੂਪ ਰੇਖਾ ਜਿਹੜੀ ਯਾਤਰਾ ਦੀ ਤਿਆਰ ਕੀਤੀ ਗਈ ਹੈ ਰੂਪ ਰੇਖਾ ਤਾਂ ਅਲੱਗ ਅਲੱਗ ਮੱਲਿਆਂ 'ਚ ਜਾ ਕੇ ਅਸੀਂ ਮੀਟਿੰਗਾਂ ਰਾਹੀਂ ਨੌਜਵਾਨ ਵੀਰਾਂ ਨੂੰ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਸ਼ੋਭਾ ਯਾਤਰਾ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਵੀ ਕੋਈ ਵੀ ਕਿਸੇ ਤਰ੍ਹਾਂ ਦਾ ਹਥਿਆਰ ਨਹੀਂ ਲੈ ਕੇ ਆਊਗਾ
किसी तरह का नशा नहीं करेगा, किसी तरह की कोई ऐसी झाकी नहीं लैके जिदा सा जी छवि धूमल होंगी होगी। और वधिया तरीके शहर में एक चंगा मैसेज देने लई एक लोगों के अंदर नौजवानों के बच्चे जिथे असी शोभा यात्रा प्रेरणा अपील कर जा रहे थे उत्थे लोगों के अंदर जो नशाखोरी बढ़ रही है उन्होंने भी कहा भी नशाखोरी तो बचो, अपना जो जीवन अपने वधिया तरीके जियो, नशे के खिलाफ भी असं मुहिम चला रहे। कितों कितों लोग आ रहे हैं इस शोभा यात्रा के, हर साल देश विदेश तो लोग भी इस यात्रा के पहुँचते हैं। अलग अलग साडे जिहड़े राष्ट्रीय स्तर के पदाधिकारी है जां साडे समाज दीआं अलग सोसायटियां बणीआं होईआं उन्हां दे राष्ट्रीय प्रतिनिधि भी इस शोभा यात्रा जा रहे, और जिन्ने लुधियाणा शहर के और पिंडां दे नाल लगदे इलाके उत्थे वाल्मीकि समाज के लोग जिहड़े वड्डी गिणती दे विच पहुंच रहे। काफला किदां दा हुंदा, की इहदे विच हुंदे आ, की झांकी हुंदी इहदे विच? झांकियां गतका पार्टियां हुंदियां, बैंड बाजे हुंदे आ, और अलग अलग इतिहासक तौर ते इतिहास दे नाल जुड़ियां होईआं झांकियां हुंदियां जड़ियां शहर नूं एक अच्छा मैसेज दिंदियां। सो बिल्कुल भारतीय वाल्मीकि धर्म समाज वालों ये 33वीं विशाल शोभा यात्रा जी इस बार कढ़ी जा रही है। पावन प्रगट दिवस जिहड़ा वा 9 तरीक नूं मनाया जाना वा, सो उस तो पहला 8 तरीक नूं लुधियाना दे विच एक वड्डी यात्रा जिहड़ी आ भारतीय वाल्मीकि समाज वालों कढ़ी जानी है। सो एक मैसेज जिहड़ी इस यात्रा दे विच दित्ता जाएगा, सो हथियार नाल लैके आन, नशे जिहड़े लोग जिहड़े करदे ने उह नशा छड्डन, सो इह नशा छड्डन नूं लैके इह यात्रा इस बार जिहड़ी आ इस समाज वालों जिहड़ी आ ऐतकी कढ़ी जा रही आ। सो वड्डे पद्धर ते यात्रा 8 तरीक नूं लुधियाना दे दरेसी मैदान तों शुरू हो के वख-वख थावां ते हुंदी लुधियाना दे दरेसी ਜਾ ਕੇ ਹੀ ਸਮਾਪਤ ਹੋਵੇਗੀ। ਕੈਮਰਾਮੈਨ ਅਮਨ ਦੇ ਨਾਲ ਨਰਿੰਦਰ ਮਹਿੰਦੂ, ਜਗਬੈਨ ਟੀਵੀ, ਲੁਧਿਆਣਾ।